लाला लाला होगी खड़ गया हरदसी करो करी तोर ते सोचा ते बाल जी ओ लाला लाला होगी खड़ गया हरदसी करो करी तोर ते सोचा ते बाल जी ओ बिच पै गए बंदे कुछ जिम्मेवार जी बिच पै गए बंदे कुछ जिम्मेवार जी शुरू हो गए फेरे तो दुले दी वार जी। मैं चलो बंबे जाता सी बंबे भी जान जी उदो कई बार जितने जू चपाटी से समुद्र है उत्थे पत्थर बड़े बड़े पे उन्हें बचाले रात में सौ जाता सी मैं तो दिन च मैं स्टूडियो च जा जाके बड़े तुम्बे भी जाता हूँ मैं संघर्ष काफ़ी कर रहा था। ओ गल सुन सियाला दिए कुड़िए नी मुँह मिठिए जहर दिए पुड़िए नी एनू कानू लारा लाउणा सी जे तू खेड़ी ब्याह करवाउणा सी गलिया बिच रांझा रोलता। हाँ जी गल जदों मैं गाउण लग्या पिंडों तो चलिया सी मैं भी कलाकार बनूंगा सुधीर सामग तुरला तुरला छड़ के गाय करांगा पहला तो मैं नीता समाणा लगाया उन्हें मैंने धोखा देता 1992-93 जी बहुत मगरों मैं बड़े साल मगरों एक सिंगल मिली बेचार रणजीत कौर की कापी का दे देना गाऊँगा ये भी धोखा देकर चली गई। ओ गल्ला तेरे यार दिया तेनू दसदा ओ सुन सुन वीर नकल जा मचदा ओ गुरु फतेह पिछों ओ गुरु फतेह पिछों लिखा हाल वीरना हुंदी अनहोनी मेरे लाल वीरना ओ होर सारे अंगी साथी सुख वीरना भागते कुकर दंदे दुख वीरना। ये सिख सुख के लोग चले जाते हैं चल मैं तो कहना जिथे भी चले जाते परमात्मा इन्हों का भला करे इन्हों तरक्या मेरे नाल तो एको एक इंसान खड़िया जी कलंबर गले कहता हों कहना यार लोग मैं पूछते यार बाबा थोड़े नाल हों कहते बाबा साढ़े नाल हों कहते बाबे नाल ਜਾਣੀ ਕਿ ਇਹ ਇੱਜ਼ਤ ਕਰਨ ਦਾ ਇੱਕ ਤਰੀਕਾ ਹੁੰਦਾ ਬੰਦੇ ਦੀ ਸਮਝਦਾਰੀ ਬੰਦੇ ਦੀ ਸੋਚ ਇੱਥੋਂ ਇਹ ਇਹਨਾਂ ਗੱਲਾਂ ਤੋਂ ਝਲਕਦੀ ਹੈ ਕਹਿੰਦੇ ਵੱਡੇ ਲੋਕ ਉਹ ਨਹੀਂ ਹੁੰਦੇ ਜਿਹੜੇ ਆਪਣੇ ਆਪ ਨੂੰ ਵੱਡਾ ਦਿਖਾਉਣ ਵੱਡੇ ਲੋਕ ਉਹ ਹੁੰਦੇ ਜਿਹਨਾਂ ਕੋਲ ਬੈਠਾ ਕੋਈ ਛੋਟਾ ਨਾ ਮਹਿਸੂਸ ਕਰੇ ਆਪਣੇ ਆਪ ਨੂੰ ਉਹ ਜੱਟ ਦਿੱਲੀ ਚੱਲਿਆ ਨੀ ਜੱਟ ਦਿੱਲੀ ਚੱਲਿਆ ਨੀ ਸਿੰਗਣੀਏ ਕਾਰੋਬਾਰ ਸੰਭਾਲੀ ਜੱਟ ਦਿੱਲੀ ਚੱਲਿਆ ਨੀ ਜੱਟੀਏ ਕਾਰੋਬਾਰ ਸੰਭਾਲੀ ਉਹ ਪਾਦੀ ਪੱਠੇ ਡੰਗਰਾਂ ਨੂੰ ਉਹ ਪਾਦੀ ਪੱਠੇ ਡੰਗਰਾਂ ਨੂੰ ਨਾਲੇ ਕਣਕ ਨੂੰ ਪਾਣੀ ਲਾ ਲਈ ਜੱਟ ਦਿੱਲੀ ਚੱਲਿਆ ਨੀ ਜੱਟੀਏ ਕਾਰੋਬਾਰ ਸੰਭਾਲੀ एक मुंडा होर सुनाम तो दो मुंडे सुनाम तो सी काफ़ी एक जो कुड़िया चो गगन मोल मान से एक दो कुड़िया ने होर सीखा जी जी तुम्बिया जी की हाँ ये कुलदीप मानक जी जिंद जान है जी वो तो जी गड्डी दे विच भीड़ भड़का ज़्यादा सी चलन तो जगह नहीं मिलती वो जो डब्बे जुड़े होंगे है ना जी उन्होंने बचाले फस के बैठ के जी मैं दिल्ली चला गया सी ਮਿਰਜੇ ਦੇ ਜੰਡ ਕਰੀਰ ਦੀਆਂ ਮਿਰਜੇ ਦੇ ਜੰਡ ਕਰੀਰ ਦੀਆਂ ਜਾਂ ਖੀਵੇ ਖਾਣ ਸ਼ਮੀਰ ਦੀਆਂ ਰਾਂਝੇ 'ਤੇ ਪੈ ਗਈ ਭੀੜ ਦੀਆਂ ਜਾਂ ਚੂਚਕ ਜੱਟ ਅਮੀਰ ਦੀਆਂ ਇੱਕ ਤਾਰੇ ਵਾਲਿਆ ਬਾਬਾ ਦੋ ਤੁੱਕਾਂ ਸੁਣਾ ਜਾ ਹੀਰ ਦੀਆਂ ਇੱਕ ਤਾਰੇ ਵਾਲਿਆ ਬਾਬਾ ਦੋ ਤੁੱਕਾਂ ਸੁਣਾ ਜਾ ਹੀਰ ਦੀਆਂ। ਸਤਿ ਸ਼੍ਰੀ ਅਕਾਲ ਜੀ, ਮੈਂ ਵਰਿੰਦਰ ਔਲਖ ਅਤੇ ਅੱਜ ਸਾਡੇ ਨਾਲ ਇੱਕ ਤਾਰੇ ਵਾਲਾ ਬਾਬਾ ਜਾਣੀ ਕਿ ਨਿਰਮਲ ਤੁਰੀਆ ਜੀ ਮੌਜੂਦ ਨੇ। ਨਿਰਮਲ ਤੁਰੀਆ ਜੀ ਤੋਂ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਬਾਰੇ ਜਾਣਾਂਗੇ, ਉਹਨਾਂ ਨੇ ਤੁੰਬੀ ਕਿਸ ਤਰ੍ਹਾਂ ਸਿੱਖੀ, ਤੁੰਬਾ ਵਜਾਉਂਦੇ ਨੇ ਬਹੁਤ ਹੀ ਬਾਕਮਾਲ, ਕੰਵਰ ਗਰੇਵਾਲ ਦੀਆਂ ਸਟੇਜਾਂ 'ਤੇ ਅਕਸਰ ਤੁਹਾਨੂੰ ਇਹ ਤੁੰਬਾ ਦੇਖਣ ਨੂੰ ਮਿਲਦਾ ਹੋਊਗਾ। ਅਤੇ ਇਹਨਾਂ ਨੇ ਬਾਲੀਵੁੱਡ ਦੀ ਫਿਲਮ, ਬਹੁਤ ਹੀ ਜ਼ਬਰਦਸਤ ਫਿਲਮ ਆ ਸਿੰਘ ਇਜ਼ ਕਿੰਗ ਦੇ ਵਿੱਚ ਵੀ ਇਹਨਾਂ ਨੇ ਇਹਨਾਂ ਦੇ ਇੱਕ ਗਾਣੇ ਦੇ ਵਿੱਚ ਇਹਨਾਂ ਦੀ ਤੁੰਬੀ ਵੱਜੀ ਹੈ। ਸੋ ਇਹਨਾਂ ਤੋਂ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਜਾਣਕਾਰੀ ਲਵਾਂਗੇ, ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਕਿਹਾ ਕਿ ਇੱਕ ਤਾਰੇ ਵਾਲਿਆ ਬਾਬਾ ਦੋ ਤੁੱਕਾਂ ਸੁਣਾ ਜਾ ਹੀਰ ਦੀਆਂ, ਕਿਹਾ ਆਪਾਂ ਹੀਰ ਨਾਲ ਹੀ ਸ਼ੁਰੂਆਤ ਜੇ ਕਰ ਲਈਏ। ਹਾਂਜੀ, ਹੀਰ ਦੀਆਂ ਦੋ ਲੈਣਾ ਸੁਣਾ ਦਿਓ। ਹਾਂਜੀ ਬਿਲਕੁਲ ਜੀ।
ਹਾ ਤੇਰੇ ਟਿੱਲੇ ਤੋਂ ਓ ਸੂਰਤ ਦੀਂਦਿਆ ਹੀਰ ਦੀ ਤੇਰੇ ਟਿੱਲੇ ਤੋਂ ਓ ਸੂਰਤ ਦੀਂਦਿਆ ਹੀਰ ਦੀ ਆਲ ਵੇਖ ਗੋਰਖਾ ਉੜਦੀ ਏ ਫੁਲਕਾਰੀ ਓ ਫੁੱਲ ਪਪੀਸੀਆਂ ਉਹਦੀਆਂ ਕੱਲਾ ਗੱਲ ਗੱਲ ਨਾਰਦੀਆਂ ਮੈਂ ਸੱਦ ਕੇ ਫੁੱਲ ਪਪੀਸੀਆਂ ਉਹਦੀਆਂ ਕੱਲਾ ਗੱਲ ਗੱਲ ਨਾਰਦੀਆਂ ਉਹ ਚੂਚਕਦੀ ਹੈ ਸਹਾਥੋਂ ਪਿਆਰੀ ਓ ਤੁਹਾਨੂੰ ਨੈਣ ਜੱਟੀ ਦੇ ਤਾਰੇ ਨੇ ਕੌਲ ਸ਼ਰਾਬ ਦੇ ਤੁਹਾਨੂੰ ਨੈਣ ਜੱਟੀ ਦੇ ਤਾਰੇ ਨੇ ਕੌਲ ਸ਼ਰਾਬ ਦੇ ਤੇ ਉਹ ਚੂਚਕਦੀ ਹੈ ਸਹਾਤੋਂ ਪਿਆਰੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਬਹੁਤ ਬਾ ਕਮਾਲ ਆਪਾਂ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਆਮ ਹੀ ਲੋਕ ਗੱਲਬਾਤ ਕਰਦੇ ਆ ਰਵਾਇਤੀ ਗੱਲਬਾਤ ਉਹਦੇ ਨਾਲ ਉਹ ਹਟਵੀਂ ਕੁਛ ਜੇ ਆਪਾਂ ਗੱਲ ਕਰੀਏ ਪਹਿਲਾਂ ਵੀ ਤੁਸੀਂ ਕਈ ਸਟਾਰ ਬੰਦਿਆਂ ਨੇ ਵੀ ਤੁਹਾਡੇ ਤੋਂ ਤੁੰਬੀ ਸਿੱਖੀ ਹੈ ਜੀ ਹਾਂਜੀ ਹਾਂਜੀ ਅਤੇ ਕਿਹੜੇ ਕਿਹੜੇ ਸਟਾਰ ਬੰਦੇ ਆ ਜੀ ਜਿਨ੍ਹਾਂ ਨੇ ਤੁਹਾਡੇ ਤੋਂ ਤੁੰਬੀ ਸਿੱਖੀ ਆ ਵੈਸੇ ਇੱਕ ਇੰਟਰਵਿਊ ਮੈਂ ਦੱਸ ਦਿਆਂ ਕਿ ਪਹਿਲਾਂ ਵੀ ਅਸੀਂ ਕਰ ਚੁੱਕੇ ਇਹਨਾਂ ਦੇ ਨਾਲ ਜਿਨ੍ਹਾਂ ਨੇ ਉਹ ਨਹੀਂ ਸੁਣੀ ਉਹਨਾਂ ਦੇ ਵਾਸਤੇ ਆ ਕਿ ਕਿੰਨੇ ਕੁ ਜਿਹੜੇ ਗਾਇਕ ਆ ਤੁਹਾਡੇ ਤੋਂ ਹੁਣ ਤੱਕ ਤੁੰਬੀ ਸਿੱਖ ਚੁੱਕੇ ਆ ਜਾਂ ਕਿਹਨਾਂ ਦੇ ਨਾਲ ਤੁਸੀਂ ਤੁੰਬੀ ਵਜਾ ਚੁੱਕੇ ਹੋ ਜੀ ਹੁਣ ਕਾਫੀ ਆ ਜੀ ਆਪਣਾ ਇੱਕ ਮਨੌਲੀ ਤੋਂ ਮੁੰਡਾ ਹੈਗਾ ਜੀ ਇੱਕ ਰੋਪੜ ਤੋਂ ਜੱਸੀ ਆ ਜੀ ਮੁੰਡਾ ਜੀ ਅਤੇ ਕਾਫੀ ਨਵੇਂ ਮੁੰਡੇ ਕਾਲਜਾਂ ਯੂਨੀਵਰਸਿਟੀਆਂ ਦੇ ਸਿੱਖੇ ਜੀ ਮੁੰਡੇ ਮੇਰੇ ਕੋਲੋਂ ਜੀ ਬਾਕੀ ਇੱਕ ਮੁੰਡਾ ਸੁਨਾਮ ਤੋਂ ਹੈ ਜੀ ਉਹ ਅੱਜ ਕੱਲ੍ਹ ਕਨੇਡਾ ਚਲਾ ਗਿਆ ਜੀ ਉਹ ਜੀ ਅਤੇ ਹਾਂ ਇੱਕ ਮੁੰਡਾ ਹੋਰ ਸੁਨਾਮ ਤੋਂ ਇਹ ਦੋ ਮੁੰਡੇ ਸੁਨਾਮ ਤੋਂ ਸੀ ਕਾਫੀ ਇੱਕ ਜੋ ਕੁੜੀਆਂ 'ਚੋਂ ਆ ਗਗਨ ਅਨਮੋਲ ਮਾਨ ਸੀ ਇੱਕ ਦੋ ਕੁੜੀਆਂ ਨੇ ਹੋਰ ਨੇ ਸਿੱਖਿਆ ਜੀ ਅਤੇ ਹਾਲੇ ਅੱਜ ਕੱਲ੍ਹ ਮੇਰੇ ਕੋਲ ਬਿਹਾਰ ਯੂਪੀ ਦੇ ਨਿਆਣੇ ਉਹ ਵੀ ਤੁੰਬੀ ਵੀ ਸਿੱਖਦੇ ਆ ਜੀ ਇਹ ਬੜੀ ਵੱਖਰੀ ਗੱਲ ਹੈ ਜੀ ਜਿੱਦਾਂ ਬਿਹਾਰ ਯੂਪੀ ਦੇ ਪਹਿਲਾਂ ਵੀ ਤੁਹਾਡੇ ਨਾਲ ਇੱਕ ਕੁੜੀ ਸੀ ਹਿਮਾਚਲ ਤੋਂ ਮੈਂ ਜੋ ਲਾਸਟ ਟਾਈਮ ਤੁਹਾਡੀ ਇੰਟਰਵਿਊ ਕੀਤੀ ਆ ਉਹਦੇ ਨਾਲ ਇੰਟਰਵਿਊ ਕੀਤੀ ਸੀ ਤੁਸੀਂ ਜਿਹੜੇ ਆਊਟ ਆਫ ਸਟੇਟ ਆ ਉਹਨਾਂ ਨੂੰ ਵੀ ਕਈ ਲੋਕਾਂ ਨੂੰ ਸਿਖਾਇਆ ਪੰਜਾਬੀ ਸਿਖਾਈ ਪੰਜਾਬੀ ਗੀਤ ਸਿਖਾਏ ਆ ਕਿੰਨਾ ਕੁ ਇਹ ਕਿੰਨਾ ਕੁ ਦਿੱਕਤਾਂ ਕਿੰਨੀਆਂ ਕੁ ਆਉਂਦੀਆਂ ਇਹ ਸਿਖਾਉਣ ਦੇ ਵਿੱਚ ਕਿਉਂਕਿ ਉਹਨਾਂ ਨੂੰ ਪੰਜਾਬੀ ਵੀ ਨਹੀਂ ਆਉਂਦੀ ਅਤੇ ਤੁਸੀਂ ਉਹਨਾਂ ਲੋਕਾਂ ਨੂੰ ਸਿਖਾਉਂਦੇ ਹੋ ਹੁਣ ਵੀ ਇੱਥੇ ਜਦੋਂ ਇੰਟਰਵਿਊ ਤੋਂ ਪਹਿਲਾਂ ਵੀ ਅਕਸਰ ਤੁਹਾਡੇ ਕੋਲ ਬੱਚੇ ਆ ਜਾਂਦੇ ਆ ਸਿੱਖ ਹਾਂਜੀ 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 ਉਹ ਇੱਦਾਂ ਜੀ ਮੇਰੀ ਸੋਚ ਹੈ ਜੀ ਜਿਹੜੀ ਆਪਣੀ ਮਾਂ ਬੋਲੀ ਹੈ ਨਾ ਪੰਜਾਬੀ ਪੂਰੇ ਹਿੰਦੁਸਤਾਨ ਦੇ ਵਿੱਚ ਫੁੱਲ ਬਟਾ ਫੁੱਲ ਬੋਲੀ ਜਾਵੇ ਜੀ ਅਤੇ ਦੁਨੀਆਂ ਦੇ ਵਿੱਚ ਵੀ ਬੋਲੀ ਜਾਵੇ ਜੀ ਇਸ ਕਰਕੇ ਮੈਂ ਪੰਜਾਬ ਤੋਂ ਹਟ ਕੇ ਦੂਜੀ ਸਟੇਟ ਦੇ ਨਿਆਣਿਆਂ ਨੂੰ ਸਿਖਾ ਕੇ ਰਾਜੀ ਆ ਵੀ ਉਹ ਜਿਹੜੇ ਹਿੰਦੀ ਬੋਲਦੇ ਆ ਨਾ ਉਹ ਵੀ ਪੰਜਾਬੀ ਬੋਲਣ ਅਤੇ ਪੰਜਾਬੀ ਗਾਣੇ ਗਾਉਣ ਜੀ ਪੰਜਾਬੀ ਗੀਤਾਂ ਨੂੰ ਨਿਆਣੇ ਪਸੰਦ ਬਹੁਤ ਕਰਦੇ ਆ ਜੀ ਬਹੁਤ ਕਰਦੇ ਪੰਜਾਬੀ ਗੀਤ ਬਾਲੀਵੁੱਡ ਤੱਕ ਹਾਂਜੀ 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 ਬਾਲੀਵੁੱਡ ਦੀ ਗੱਲ ਹੋਈ ਹੈ ਤਾਂ ਬਾਲੀਵੁੱਡ ਦੇ ਵਿੱਚ ਇੱਕ ਤੁਹਾਡੀ ਤੁੰਬੀ ਸੀਗੀ ਜੀ ਹਾਂਜੀ ਹਾਂਜੀ ਸਿੰਘ ਇਜ਼ ਕਿੰਗ ਦੇ ਵਿੱਚ ਤੁਸੀਂ ਇੱਕ ਗੀਤ ਦੇ ਵਿੱਚ ਤੁੰਬੀ ਸੁਣਾਈ ਸੀ ਉਹ ਗੀਤ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਇੱਕ ਵਾਰ ਤੁਹਾਨੂੰ ਤੁੰਬੀ ਸੁਣਾਉਣੀ ਉਹ ਤੁੰਬੀ ਇੱਦਾਂ ਜੀ ਜੀ ਉਹ ਪਹਿਲਾਂ ਵੀ ਮੈਂ ਇੱਕ ਵਾਰ ਸੁਣਾਈ ਸੀ ਤੁਸੀਂ ਸੁਣਦਾ ਜੀ ਹਾਂਜੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਬਹੁਤ ਕਮਾਲ ਦੀ ਤੁਸੀਂ ਤੁੰਬੀ ਵਜਾਉਂਦੇ ਹੋ ਕਈ ਗੀਤ ਵੀ ਤੁਹਾਡੇ ਸੁਣੇ ਆ ਅਕਸਰ ਯੂਟਿਊਬ 'ਤੇ ਸੁਣਦੇ ਰਹੀਦਾ ਕਮਰ ਗਰੇਵਾਲ ਦੇ ਨਾਲ ਤੁਹਾਡਾ ਕਿੱਦਾਂ ਦਾ ਤਜਰਬਾ ਰਿਹਾ ਕਮਰ ਗਰੇਵਾਲ ਦੇ ਨਾਲ ਹਰ ਇੱਕ ਸਟੇਜ 'ਤੇ ਤੁੰਬੇ ਵਾਲਾ ਜਿਹੜਾ ਬਾਬਾ ਹੁੰਦਾ ਉਹ ਇਹੀ ਹੁੰਦੇ ਆ ਅਤੇ ਤੁਸੀਂ ਕਮਰ ਗਰੇਵਾਲ ਨਾਲ ਜਦੋਂ ਤੁੰਬਾ ਵਜਾਉਂਦੇ ਆ ਅਤੇ ਕਿੱਦਾਂ ਦਾ ਤੁਹਾਡਾ ਉਹਨਾਂ ਦੇ ਨਾਲ ਐਕਸਪੀਰੀਅੰਸ ਰਿਹਾ ਹੈ ਕਿੱਦਾਂ ਦੇ ਇਨਸਾਨ ਨੇ ਕਮਰ ਗਰੇਵਾਲ ਬਹੁਤ ਅੱਛੇ ਇਨਸਾਨ ਹੈ ਜੀ ਮੇਰੇ ਕੋਲ ਤਾਂ ਕੋਈ ਜਵਾਬ ਨਹੀਂ ਇੱਦਾਂ ਦਾ ਦੇਣ ਨੂੰ ਉਹਨਾਂ ਬਾਰੇ ਜੀ ਵੀ ਇਹਨੇ ਰੱਬ ਲੋਕ ਨੇ ਜੀ ਉਹ ਬਸ ਕੇ ਜਦੋਂ ਸਟੇਜ 'ਤੇ ਗਾਉਂਦੇ ਅੰਦਰੋਂ ਗਾਉਂਦੇ ਆ ਜੀ ਉਹ ਸਾਹਮਣੇ ਪਰਮਾਤਮਾ ਦਿਸ ਜਾਂਦਾ ਜੀ ਹਾਂਜੀ 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 ਅਤੇ ਤੁਸੀਂ ਵੀ ਉਹਨਾਂ ਦੇ ਨਾਲ ਤੁੰਬਾ ਜਿਹੜਾ ਨਿਭਾਉਂਦੇ ਹੋ ਉਹ ਵੀ ਬਾ ਕਮਾਲ ਹੀ ਨਿਭਾਉਂਦੇ ਹੋ ਕੋਈ ਤੁੰਬੇ ਦੀ ਇੱਕ ਸਿਨਫ ਸੁਣਾ ਦਿਓ ਉਹਨਾਂ ਦੇ ਕਿਸੇ ਗੀਤ ਦੀ ਤਰਜ ਜ਼ਰੂਰ ਸੁਣਾ ਦਿਓ ਹਾਂਜੀ ਕਨਵਰ ਜੀ ਦਾ ਗਾਣਾ ਬੜਾ ਮਸ਼ਹੂਰ ਹੈ ਜੀ ਹਾਂ
ओ ना जाई मस्ता दे वेड़े मस बना देणगे बीबा। ਉਹਨਾਂ ਜਾਈ ਮਸਤਾਂ ਦੇ ਵੇਲੇ ਮਸਤ ਬਣਾ ਦੇਣਗੇ ਬੀਬਾ। ਉਹਨਾਂ ਦੇ ਸਾਰੇ ਗੀਤ ਆ ਜਿੰਨੇ ਜੀ ਉਹ ਪਰਮਾਤਮਾ ਦੇ ਨਾਲ ਮਿਲਦੇ ਜੁਲਦੇ ਜੀ, ਮੇਲ ਖਾਂਦੇ, ਘੁੰਮ ਘੁੰਮਾ ਕੇ ਗਲਤੀ ਉੱਥੇ ਆ ਜਾਂਦੀ ਆ ਜੀ। ਐਸੀ ਬੀਨ ਬਜਾ ਵੇ ਜੋਗੀ, ਐਸੀ ਬੀਨ ਬਜਾ, ਉਹ ਵੀ ਰੂਹ ਤੋਂ ਹੀ ਚੱਲਦਾ ਜੀ। ਕੋਈ ਵੀ ਉਹਨਾਂ ਦਾ ਐਸਾ ਗੀਤ ਨਹੀਂ ਜੀ ਜਿਹੜਾ ਤਨੋ ਮਨੋ ਪਰਮਾਤਮਾ ਦੇ ਨਾਲ ਜੁਲਦਾ ਜੀ। ਬਿਲਕੁਲ, ਇੰਨੀ ਦਿਨੀ ਕਿਸਾਨੀ ਸੰਘਰਸ਼ ਚੱਲ ਰਿਹਾ ਜੀ, ਕਿਸਾਨੀ ਸੰਘਰਸ਼ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ, ਉਹਨਾਂ ਦੇ ਕਈ ਗਾਣੇ ਆ ਤੇ ਹੁਣ ਵੀ ਉਹ ਜਦੋਂ ਵੱਖ ਵੱਖ ਬਾਰਡਰਾਂ ਤੇ ਵੀ ਉਹਨਾਂ ਨੇ ਅਖਾੜੇ ਲਾਏ ਸੀ, ਉਦੋਂ ਵੀ ਤੁਸੀਂ ਨਾਲ ਸੀ? ਨਾਲ ਜੀ, ਹਾਂਜੀ ਹਾਂਜੀ ਹਾਂਜੀ, ਹਮੇਸ਼ਾ ਤੁਸੀਂ ਨਾਲ ਹੀ? ਸਾਡਾ ਪੂਰਾ ਗਰੁੱਪ ਨਾਲ ਜੀ, ਆਪਣੇ ਮਨਜੀਤ ਸਿੰਘ ਭਾਈ ਮੇਰੇ ਸਾਰੇ ਜੀ, ਆਪਣਾ ਅਰਜਨ ਗਿੱਲ ਸਾਊਂਡ ਹੈ ਜੀ, ਉਹ ਵੀ ਵਿੱਕੀ ਹੋਰੀ ਵਿਚਾਰੇ, ਉਹ ਵੀ ਸਾਰੇ ਸਾਡੇ ਨਾਲ ਹੁੰਦੇ ਆ ਜੀ, ਸਾਰੇ ਸੇਵਾ ਕਰਦੇ ਜਾ ਕੇ। ਕਿਆ ਬਾਤ ਹੈ, ਕਿਆ ਬਾਤ ਹੈ। ਕੋਈ ਗੀਤ ਇੱਕ ਸੁਣਾ ਦਿਓ ਜੀ, ਤੁਸੀਂ ਕਹਿ ਰਹੇ ਸੀਗੇ ਕਿਸਾਨੀ ਸੰਘਰਸ਼ ਤੇ ਗੀਤ ਤੁਹਾਡਾ। ਹਾਂਜੀ ਹਾਂਜੀ ਹਾਂਜੀ, ਉਹ ਸੁਣਾਇਓ ਜ਼ਰੂਰ ਜੀ। ਆਹ ਸੁਣਾਉਣਾ ਜੀ, ਹਾਂਜੀ ਹਾਂਜੀ ਜੀ। ਉਹ ਜੱਟ ਦਿੱਲੀ ਚੱਲਿਆ ਨੀ, ਜੱਟ ਦਿੱਲੀ ਚੱਲਿਆ ਨੀ, ਸਿੰਘਣੀਏ ਕਾਰੋਬਾਰ ਸੰਭਾਲੀ। ਜੱਟ ਦਿੱਲੀ ਚੱਲਿਆ ਨੀ, ਜੱਟੀਏ ਕਾਰੋਬਾਰ ਸੰਭਾਲੀ। ਉਹ ਪਾਦੀ ਪੱਠੇ ਡੰਗਰਾਂ ਨੂੰ, ਉਹ ਪਾਦੀ ਪੱਠੇ ਡੰਗਰਾਂ ਨੂੰ, ਨਾਲੇ ਕਣਕ ਨੂੰ ਪਾਣੀ ਲਾ ਲਈ। ਜੱਟ ਦਿੱਲੀ ਚੱਲਿਆ ਨੀ, ਜੱਟੀਏ ਕਾਰੋਬਾਰ ਸੰਭਾਲੀ। ਅਸੀਂ ਪਿੱਛੇ ਹਟਦੇ ਨੀ, ਅਸੀਂ ਪਿੱਛੇ ਹਟਦੇ ਨੀ, ਭਾਵੇਂ ਲੱਗ ਜੇ ਦਫਾ ਚੁਤਾਲੀ। ਹੁਣ ਖਾਲੀ ਮੁੜਦੇ ਨੀ, ਭਾਵੇਂ ਲੱਗ ਜਾਵਣ ਦਿਨ ਚਾਲੀ। ਉਹ ਸਮੇਂ ਦੀਆਂ ਸਰਕਾਰਾਂ ਨੂੰ, ਉਹ ਸਮੇਂ ਦੀਆਂ ਸਰਕਾਰਾਂ ਨੂੰ ਸਬਕ ਸਿਖਾਉਣ ਦੀ ਸੌਂ ਆਪਾਂ ਪਾਲੀ। ਜੱਟ ਦਿੱਲੀ ਚੱਲਿਆ ਨੀ, ਜੱਟੀਏ ਕਾਰੋਬਾਰ ਸੰਭਾਲੀ। ਜੱਟ ਦਿੱਲੀ ਚੱਲਿਆ ਨੀ, ਜੱਟੀਏ ਕਾਰੋਬਾਰ ਸੰਭਾਲੀ। ਉਹ ਸਾਡਾ ਵੈਰ ਵਿਰੋਧ ਨਹੀਂ, ਉਹ ਸਾਡਾ ਵੈਰ ਵਿਰੋਧ ਨਹੀਂ, ਅਸੀਂ ਹੱਕ ਆਪਣੇ ਲੈਣੇ। ਇਹ ਕਾਲੇ ਕਾਨੂੰਨਾਂ ਨੂੰ ਇੱਕ ਦਿਨ ਵਾਪਸ ਲੈਣੇ ਪੈਣੇ। ਕਹਿ ਗਿਆ ਦੇਵ ਨਮਾਣਾ ਨੀ, ਉਹ ਕਹਿ ਗਿਆ ਦੇਵ ਨਮਾਣਾ ਨੀ, ਸਾਡੇ ਨਾਲ ਖੜੀ ਡੱਬ ਵਾਲੀ। ਜੱਟ ਦਿੱਲੀ ਚੱਲਿਆ ਨੀ, ਜੱਟੀਏ ਕਾਰੋਬਾਰ ਸੰਭਾਲੀ। ਪਾਦੀ ਪੱਠੇ ਡੰਗਰਾਂ ਨੂੰ, ਨਾਲੇ ਕਣਕ ਨੂੰ ਪਾਣੀ ਲਾ ਲਈ। ਕਿਆ ਬਾਤ, ਕਿਸਾਨ ਏਕਤਾ ਜਿੰਦਾਬਾਦ, ਜਿੰਦਾਬਾਦ। ਕਿਆ ਬਾਤ ਆ ਜੀ, ਕਿਸਾਨੀ ਸੰਘਰਸ਼ ਦੇ ਨਾਲ ਨਾਲ ਪੰਜਾਬ ਦੇ ਵਿੱਚ ਹੋਰ ਵੀ ਬੜਾ ਕੁਝ ਚੱਲ ਰਿਹਾ ਹੈ ਨਾਲ ਦੀ ਨਾਲ। ਗਾਇਕੀ ਦੇ ਵਿੱਚ ਵੀ ਜਿਹੜਾ ਗੰਧਲਾਪਣ ਪਹਿਲਾਂ ਆ ਗਿਆ ਸੀ, ਹੁਣ ਗਾਇਕ ਵੀ ਜਿਹੜਾ ਜਿੱਦਾਂ ਕਿਸਾਨੀ ਸੰਘਰਸ਼ ਦੇ ਨਾਲ ਲੋਕ ਜਿਹੜਾ ਕੁਝ ਮੰਗਦੇ ਆ, ਤਾਂ ਗਾਇਕੀ ਵੀ ਉੱਧਰ ਨੂੰ ਹੀ ਹੋ ਗਈ ਹੈ। ਜਦੋਂ ਕਿਸਾਨੀ ਸੰਘਰਸ਼ ਦੇ ਨਾਲ ਚੱਲਿਆ ਤਾਂ ਨਾਲ ਦੀ ਨਾਲ ਗੀਤ ਵੀ ਉੱਦਾਂ ਦੇ ਆਉਣੇ ਸ਼ੁਰੂ ਹੋ ਗਏ, ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਆ। ਗਾਇਕਾਂ ਦਾ ਇੱਕ ਐਕਸਕਿਊਜ਼ ਹੁੰਦਾ ਹੈ, ਬਹਾਨਾ ਹੁੰਦਾ ਹੈ ਕਿ ਭਾਈ ਲੋਕ ਸੁਣਦੇ ਨਹੀਂ ਚੰਗੇ ਗਾਣੇ। ਹੁਣ ਜਿਹੜੇ ਚੰਗੇ ਗਾਣੇ ਲੋਕ ਤਾਂ ਉਹਨਾਂ ਨੂੰ ਵੀ ਸੁਣ ਰਹੇ ਆ, ਫਿਰ ਜਿਹੜੀ ਮੌਜੂਦਾ ਗਾਇਕੀ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ? ਇੱਦਾਂ ਜੀ, ਅੱਜ ਕੱਲ੍ਹ ਤਾਂ ਜ਼ਿਆਦਾ ਜੀ ਕਿਸਾਨੀ ਦੇ ਗਾਣੇ ਆ ਰਹੇ ਆ ਜੀ, ਦੂਜੇ ਗਾਣੇ ਦਾ ਸਭ ਠੱਪ ਹੈ, ਕੋਈ ਨਹੀਂ ਸੁਣਦਾ ਉਹਨਾਂ ਨੂੰ ਜੀ। ਹਾਂ, ਇੱਦਾਂ ਦਾ ਹੀ ਮਾਹੌਲ ਚੱਲੂਗਾ ਜੀ, ਅਤੇ ਜਿਹਦੇ ਵੀ ਕਲਾਕਾਰ ਆ ਉਹ ਵੀ ਜੋ ਵਿਆਹ ਸਾਦਿਆਂ ਦੇ ਵੀ ਕਿਸਾਨਾਂ ਦੇ ਗਾਣੇ ਗਾ ਰਹੇ ਅੱਜ ਕੱਲ੍ਹ ਜੀ, ਆਹੀ ਕੁਛ ਚੱਲਣਾ ਚਾਹੀਦਾ ਜੀ। ਬੜੇ ਕੌੜੇ ਮਿੱਠੇ ਤਜਰਬੇ ਰਹੇ ਹੋਣਗੇ ਜ਼ਿੰਦਗੀ ਦੇ ਵਿੱਚ। ਤੁਸੀਂ ਕਿੱਸਾ ਪਿਛਲੀ ਵਾਰੀ ਸੁਣਾਇਆ ਸੀਗਾ ਜਦੋਂ ਆਪਾਂ ਇੰਟਰਵਿਊ ਕੀਤੀ ਸੀ, ਉਹ ਜਿਹੜੇ ਦੋਸਤ ਹੁਣ ਨਵੇਂ ਇੰਟਰਵਿਊ ਇਸ ਨੂੰ ਸੁਣ ਰਹੇ ਆ, ਸ਼ਾਇਦ ਉਹਨਾਂ ਨੇ ਨਾ ਸੁਣਿਆ ਹੋਵੇ, ਉਹ ਜ਼ਰੂਰ ਸੁਣਾਓ। ਜਦੋਂ ਤੁਸੀਂ ਰੇਲ ਗੱਡੀ ਦੇ ਵਿੱਚ ਤੁਹਾਨੂੰ ਜਗ੍ਹਾ ਨਹੀਂ ਮਿਲੀ ਸੀ, ਡੱਬਿਆਂ ਦੇ ਵਿਚਾਲੇ ਬੈਠ ਕੇ ਗਏ ਸੀ ਜਿੱਥੇ ਡੱਬਿਆਂ ਨੂੰ ਜੋੜਦੇ ਆ ਜੀ, ਉਹ ਤਾਂ ਜੀ ਗੱਡੀ ਦੇ ਵਿੱਚ ਭੀੜ ਭੜੱਕਾ ਜ਼ਿਆਦਾ ਸੀ, ਹਾਂਜੀ, ਚੱਲਣ ਨੂੰ ਜਗ੍ਹਾ ਨਹੀਂ ਸੀ ਮਿਲਦੀ। ਉਹ ਜੋ ਡੱਬੇ ਜੁੜੇ ਹੁੰਦੇ ਆ ਨਾ ਜੀ, ਉਹਨਾਂ ਵਿੱਚ ਵਿਚਾਲੇ ਫਸ ਕੇ ਬੈਠ ਕੇ ਜਿਵੇਂ ਦਿੱਲੀ
ਚਲਾ ਗਿਆ ਸੀ ਉਦੋਂ ਰਿਕਾਰਡਿੰਗ ਸੀ ਰਿਕਾਰਡਿੰਗ ਸੀ ਆਪਣਾ ਕੁਲਦੀਪ ਪਾਰਸ ਅਤੇ ਸੁਖਵੰਤ ਸੁਖੀ ਦੀ ਹਾਂਜੀ ਟਾਈਟਲ ਵੀ ਸੀ ਸੀਗਾ ਚਾਰ ਚਾਰ ਤਾਂ ਪੱਖਾ ਮੋਟਰ 20 ਦੀ ਲਾਤੀ ਨਹੀਂ ਅੱਛਾ ਠੀਕ ਹੈ ਇਹ ਗਾਣੇ ਉਹਨਾਂ ਦੇ ਰਿਕਾਰਡ ਹੋਏ ਸੀ ਸੋਨੋ ਡੋਨ ਕੰਪਨੀ ਦੀ ਗੱਲ ਹੈ ਜੀ ਊਜਾ ਸਾਹਿਬ ਜੀ ਦਾ ਸੰਗੀਤ ਸੀ ਉਸ ਜਾ ਕੇ ਤੂੰ ਵੀ ਵਜਾਇਆ ਸੀ ਕਈਆਂ ਨੇ ਪੁੱਛਿਆ ਵੀ ਕਿਹੜੇ ਕਲਾਕਾਰ ਦੀ ਸੀ ਬਹੁਤ ਹੀ ਹਰਮਨ ਪਿਆਰੇ ਕਲਾਕਾਰ ਕੁਲਦੀਪ ਪਾਰਸ ਜੀ ਜੀ ਅਤੇ ਬੀਬਾ ਸੁਖਵਾ ਸੁਖੀ ਜੀ ਦੀ ਰਿਕਾਰਡਿੰਗ ਸੀ ਉਦੋਂ ਮੈਂ ਹੁਜਾ ਜੀ ਦਾ ਤੂੰ ਵੀ ਵਜਾਇਆ ਸੀ ਜੀ ਗਾਉ ਸੀ ਭਾਬੀ ਫੁੱਲ ਵਰਗੀ ਮੈਂ ਤੇਰੀ ਕਾਰ ਚਲਾਵਾਂ ਇਹ ਟਾਈਟਲ ਸੀ ਕੈਸੋ ਜੀ 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 ਤੂੰ ਵੀ ਤੁਸੀਂ ਬੜੇ ਸਮੇਂ ਤੋਂ ਵਜਾ ਰਹੇ ਹੋ ਕਲਾ ਦਾ ਲੋਕ ਕਲਾ ਦੇ ਕਦਰਦਾਨ ਵੀ ਹੁੰਦੇ ਆ ਬਹੁਤ ਲੋਕ ਕਲਾ ਦੀ ਕਦਰ ਵੀ ਕਰਦੇ ਆ ਹਾਂਜੀ ਹਾਂਜੀ ਇਸ ਕਿੱਤੇ ਦੇ ਵਿੱਚੋਂ ਜੇ ਮੈਂ ਕਹਾਂ ਇਹਨੂੰ ਜੇ ਆਪਾਂ ਐਜ਼ ਆ ਪ੍ਰੋਫੈਸ਼ਨ ਲਈਏ ਕਿੱਤੇ ਦੇ ਵਜੋਂ ਅਪਣਾਇਆ ਹੈ ਤੁਸੀਂ ਤੂੰਬੀ ਵਜਾਉਣਾ ਅਤੇ ਨਾਲ ਦੀ ਨਾਲ ਤੁਸੀਂ ਖੁਦ ਵੀ ਗਾ ਲੈਂਦੇ ਹੋ ਆਰਥਿਕਤਾ ਕਿੰਨੀ ਕੁ ਇਸ ਦੇ ਵਿੱਚੋਂ ਬਰਕਰਾਰ ਆ ਤੁਹਾਡੀ ਆਰਥਿਕਤਾ ਕਿੰਨੀ ਕੁ ਵਧੀਆ ਚੱਲ ਰਹੀ ਹੈ ਇਹਦੇ ਵਿੱਚੋਂ ਜਾਂ ਟਾਈਮ ਪਾਸ ਹੀ ਹੈ ਇੱਦਾਂ ਜੀ ਗੱਲ ਜਦੋਂ ਮੈਂ ਗਾਉਣ ਲੱਗਿਆ ਜੀ ਪਿੰਡੋਂ ਤਾਂ ਚੱਲਿਆ ਸੀ ਮੈਂ ਵੀ ਕਲਾਕਾਰ ਬਣੂੰਗਾ ਸੁਧੀਰ ਸਾਮਗ ਤੁਰਲਾ ਤੁਰਲਾ ਛੱਡ ਕੇ ਗਾਇ ਕਰਾਂਗਾ ਪਹਿਲਾਂ ਤਾਂ ਮੈਂ ਨੀਤਾ ਸਮਾਣਾ ਲਗਾਇਆ ਉਹਨੇ ਮੈਨੂੰ ਧੋਖਾ ਦੇ ਦਿੱਤਾ 1992-93 'ਚ ਜੀ ਬਹੁਤ ਮਗਰੋਂ ਮੈਨੂੰ ਬੜੇ ਸਾਲਾਂ ਮਗਰੋਂ ਇੱਕ ਸਿੰਗਲ ਮਿਲੀ ਵਿਚਾਰ ਰਣਜੀਤ ਕੌਰ ਦੀ ਕਾਪੀ ਕਰਦੀ ਇਹਦੇ ਨਾਲ ਗਾਊਂਗਾ ਇਹ ਵੀ ਧੋਖਾ ਦੇ ਕੇ ਚਲੀ ਗਈ ਹੁਣ ਮੈਂ ਯੂਪੀ ਬਿਹਾਰ ਦੇ ਨਿਆਣੇ ਸਿਖਾਉਂਦਾ ਜਦੋਂ ਕਿ ਇਹਨਾਂ ਨੂੰ ਸਿਖਾ ਕੇ ਕਦੇ ਨਿਆਣੇ ਤਿਆਰ ਕਰ ਫਿਰ ਮੈਂ ਆਪਣੇ ਗਾਣੇ ਗੁਣੇ ਗਾਊਂਗਾ ਮੈਂ ਹਾਂਜੀ ਇਹ ਸਿੱਖ ਸੁੱਖ ਕੇ ਲੋਕ ਚਲੇ ਜਾਂਦੇ ਆ ਚਲ ਮੈਂ ਤਾਂ ਕਹਿੰਦਾ ਜਿੱਥੇ ਵੀ ਚਲੇ ਜਾਂਦੇ ਪਰਮਾਤਮਾ ਇਹਨਾਂ ਦਾ ਭਲਾ ਕਰੇ ਇਹਨਾਂ ਨੂੰ ਤਰੱਕਿਆ ਬਖਸ਼ ਜੀ ਪਰ ਅਕਸਰ ਹੀ ਤੁਹਾਡੇ ਨਾਲ ਤੁਹਾਡੀ ਹੋਣੀ ਇਹੀ ਹੈ ਕਿ ਜਿਹੜਾ ਵੀ ਆਉਂਦਾ ਚਲਿਆ ਜਾਂਦਾ ਆਣੇ ਜਾਣੇ ਵਾਲੇ ਤੋਂ ਇੱਕ ਦਿਨ ਚਲੇ ਜਾਂਦੇ ਜਾਣਾ ਅਤੇ ਹਰ ਇੱਕ ਨੇ ਜਾਣਾ ਜੀ ਦੁਨੀਆ ਤੋਂ ਵੀ ਜਾਣਾ ਹੈ ਪਰ ਫਿਰ ਵੀ ਕੁਛ ਅਜਿਹੇ ਕੰਮ ਕਰ ਜਾਓ ਜਿਹੜੇ ਤੁਹਾਨੂੰ ਲੋਕ ਯਾਦ ਰੱਖਣ ਅਤੇ ਤੁਹਾਡੇ ਇਹ ਕੰਮ ਕੀਤੇ ਹੋਏ ਆ ਮੇਰੇ ਨਾਲ ਤਾਂ ਇੱਕੋ ਇੱਕ ਇਨਸਾਨ ਖੜਿਆ ਜੀ ਜੀ ਕਨਵਰ ਗਰੇਵਾਲ ਅੱਛਾ ਉਹ ਕਹਿੰਦਾ ਹੁੰਦਾ ਉਹ ਕਹਿੰਦਾ ਯਾਰ ਲੋਕ ਮੈਨੂੰ ਪੁੱਛਦੇ ਯਾਰ ਬਾਬਾ ਤੁਹਾਡੇ ਨਾਲ ਹੁੰਦਾ ਕਹਿੰਦਾ ਅਸੀਂ ਕਹਿੰਦੇ ਬਾਬਾ ਸਾਡੇ ਨਾਲ ਹੁੰਦਾ ਕਹਿੰਦਾ ਅਸੀਂ ਬਾਬੇ ਨਾਲ ਹੁੰਦਾ ਯਾਨੀ ਕਿ ਇਹ ਇੱਜ਼ਤ ਕਰਨ ਦਾ ਇੱਕ ਤਰੀਕਾ ਹੁੰਦਾ ਬੰਦੇ ਦੀ ਸਮਝਦਾਰੀ ਬੰਦੇ ਦੀ ਸੋਚ ਇੱਥੋਂ ਇਸ ਇਹਨਾਂ ਗੱਲਾਂ ਤੋਂ ਝਲਕਦੀ ਹੈ ਕਹਿੰਦੇ ਵੱਡੇ ਲੋਕ ਉਹ ਨਹੀਂ ਹੁੰਦੇ ਜਿਹੜੇ ਆਪਣੇ ਆਪ ਨੂੰ ਵੱਡਾ ਦਿਖਾਉਣ ਵੱਡੇ ਲੋਕ ਉਹ ਹੁੰਦੇ ਜਿਹਨਾਂ ਕੋਲ ਬੈਠਾ ਕੋਈ ਛੋਟਾ ਨਾ ਮਹਿਸੂਸ ਕਰੇ ਆਪਣੇ ਆਪ ਨੂੰ ਅਤੇ ਅਕਸਰ ਹੀ ਉਹ ਵੱਡੇ ਲੋਕ ਹੁੰਦੇ ਅਤੇ ਉਹਨਾਂ ਦੀਆਂ ਗੱਲਾਂ ਵੀ ਵੱਡੀਆਂ ਹੁੰਦੀਆਂ ਜਿੱਦਾਂ ਕਿ ਉਹ ਮਾਣ ਸਤਿਕਾਰ ਹਰੇਕ ਨੂੰ ਆਪਣੇ ਉਮਰ ਦੇ ਹਿਸਾਬ ਨਾਲ ਰੁਤਬੇ ਦੇ ਹਿਸਾਬ ਨਾਲ ਮਾਣ ਸਤਿਕਾਰ ਦਿੰਦੇ ਆ ਹੋਰ ਵੀ ਕਈ ਗਾਇਕਾਂ ਦੇ ਨਾਲ ਤਜਰਬੇ ਰਹੇ ਹੋਣਗੇ ਤੁਹਾਡੀ ਜ਼ਿੰਦਗੀ ਦਾ ਹੋਰ ਕੋਈ ਕਿੱਸਾ ਹੋਵੇ ਜੀ ਮੈਂ ਤਕਰੀਬਨ ਮੈਂ ਜਦੋਂ ਬੰਬੇ ਜਾਂਦਾ ਸੀ ਤੂੰਬੀ ਵਜਾਉਣ ਜੀ ਉਦੋਂ ਕਈ ਵਾਰੀ ਜਿੱਦਾਂ ਜੂ ਚਪਾਟੀ ਦੇ ਸਮੁੰਦਰ ਆ ਉੱਥੇ ਪੱਥਰ ਦੇ ਵੱਡੇ ਵੱਡੇ ਪਏ ਉਹਦੇ ਵਿਚਾਲੇ ਰਾਤ ਨੂੰ ਸੌਂ ਜਾਂਦਾ ਸੀ ਮੈਂ ਅਤੇ ਦਿਨ 'ਚ ਮੈਂ ਸਟੂਡੀਓ 'ਚ ਜਾ ਕੇ ਆਪਣੇ ਤੂੰਬੀ ਵਜਾਉਂਦਾ ਹੁੰਦਾ ਸੀ ਮੈਂ ਸੰਘਰਸ਼ ਕਾਫੀ ਕਰਦਾ ਰਿਹਾ ਬੰਬੇ ਜੀ ਸਿੱਖਿਆ ਫਿਰ ਤੁਸੀਂ ਇਹ ਕਿੰਨਾ ਤੋਂ ਜੀ ਇਹ ਬਸ ਉਹੀ ਤੂੰਬੀ ਕਿੱਥੋਂ ਸਿੱਖੀ ਤੁਸੀਂ ਇੱਕੋ ਇੱਕ ਮਾਲਕ ਲਾਲ ਚੰਦ ਜੰਮਲਾ ਜੱਟ ਜੀ ਅੱਛਾ ਉਹਨਾਂ ਦੇ ਕੋਲ ਜਾ ਕੇ ਸੁਣੀ ਸਿੱਖੀ ਜਾਂ ਤੁਸੀਂ ਸੁਣ ਕੇ ਹੀ ਸਿੱਖੀ ਉਹਨਾਂ ਕੋਲ ਮੈਂ ਜਾ ਕੇ ਵੀ ਕੁਛ ਸਮਾਂ ਲਾਇਆ ਜੀ ਜੀ ਪਰ ਛੋਟੀ ਉਮਰ ਤੋਂ ਮੈਨੂੰ ਨਾ ਸੁਧੀਰ ਸਾਹਿਬ ਦੀ ਤੂੰਬੀ ਪਸੰਦ ਸੀ ਜੀ ਮੈਂ ਇਹਨਾਂ ਦੀ ਤੂੰਬੀ ਸੁਣ ਸੁਣ ਕੇ ਮੈਂ ਵਜਾਉਂਦਾ ਹੁੰਦਾ ਸੀ ਠੀਕ ਹੈ ਜੀ ਸੁਧੀਰ ਸਾਹਿਬ ਦਾ ਗਾਣਾ ਹੀ ਹੋ ਜਾਏ ਜੀ ਫਿਰ ਹਾਂਜੀ ਹਾਂਜੀ ਹਾਂ ਉਹ ਗੱਲਾਂ ਤੇਰੇ ਯਾਰ ਦੀਆਂ ਤੈਨੂੰ ਦੱਸਦਾ ਉਹ ਸੁਣ ਸੁਣ ਵੀਰ ਨਕਲ ਜਾ ਮੱਚਦਾ ਉਹ ਗੁਰੂ ਫਤਿਹ ਪਿੱਛੋਂ ਉਹ ਗੁਰੂ ਫਤਿਹ ਪਿੱਛੋਂ ਲਿਖਾ ਹਾਲ ਵੀਰਨਾ ਹੁੰਦੀ ਅਨਹੋਣੀ ਮੇਰੇ ਨਾਲ ਵੀਰਨਾ ਉਹ ਹੋਰ ਸਾਰੇ ਅੰਗੀ ਸਾਥੀ ਸੁੱਖ ਵੀਰਨਾ ਭਗਤੇ ਕੁੱਕਰ ਦੰਦੇ ਦੁੱਖ ਵੀਰਨਾ ਕਿਆ ਬਾਤ ਹੈ ਉਹਨਾਂ ਸੁੱਚਾ ਵੀ ਇੱਕ ਬੜਾ ਮਸ਼ਹੂਰ ਹੈ ਜੀ ਸੁੱਚਾ ਉਹ ਲਾ 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 ਹੋ ਗਈ ਖੜ ਗਿਆ ਹਰ ਸੀ ਘਰੋ ਘਰੀ ਤੋਰ ਤੇ ਸੋਚਾ ਤੇ ਬਲ ਜੀ ਉਹ ਲਾ 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 ਹੋ ਗਈ ਖੜ ਗਿਆ ਹਰ ਸੀ ਘਰੋ ਘਰੀ ਤੋਰ ਤੇ ਸੋਚਾ ਤੇ ਬਲ ਜੀ ਉਹ ਵਿੱਚ ਪੈ ਗਏ ਬੰਦੇ ਕੁਝ ਜ਼ਿੰਮੇਵਾਰ ਜੀ ਵਿੱਚ ਪੈ ਗਏ ਬੰਦੇ ਕੁਝ ਜ਼ਿੰਮੇਵਾਰ ਜੀ ਸ਼ੁਰੂ ਹੋ ਗਏ ਫਿਰ ਤੋਂ ਦੁਲੇ ਦੀ ਵਾਰ ਜੀ ਕਿਆ ਬਾਤ ਹੈ ਕਿਆ ਬਾਤ ਉਹ ਯਾਰ ਇਕੱਠੇ ਹੋ ਗਏ ਜੀ ਹਾਂਜੀ ਕਿਆ ਬਾਤ ਹੈ ਜੀ ਬਹੁਤ ਖੂਬਸੂਰਤ ਇਹ ਗਾਣਾ ਅਤੇ ਅਕਸਰ ਹੀ ਤੁਹਾਡੇ ਮੂੰਹੋਂ ਹੋਰ ਵੀ ਗਾਣੇ ਸੁਣਦੇ ਰਹੀਦਾ ਯੂਟਿਊਬ ਦੇ ਜ਼ਰੀਏ ਸੁਣਦੇ ਰਹੀਦਾ ਅਤੇ ਜਿਹੜੇ ਸਾਡੇ ਦਰਸ਼ਕ ਆ ਮੈਨੂੰ ਲੱਗਦਾ ਕਿ ਉਹ ਵੀ ਇਸ ਇੰਟਰਵਿਊ ਦਾ ਆਨੰਦ ਮਾਣ ਰਹੇ ਹੋਣਗੇ ਤੁਸੀਂ
ਆ ਤੂੰਬੀਆਂ ਤੇ ਤੂੰਬੇ ਬੜੇ ਆ ਜੀ ਵੱਖਰੇ ਵੱਖਰੇ, ਇਹਨਾਂ ਦੇ ਬਾਰੇ ਥੋੜਾ ਬਹੁਤਾ ਦੱਸੋ ਵੀ ਇਹਨਾਂ ਦੇ ਵਿੱਚ ਕੀ ਫਰਕ ਹੈ ਜੀ। ਆ ਜਿਹੜੀ ਤੂੰਬੀ ਆ ਜੀ ਦੀ, ਹਾਂ ਇਹ ਤਾਂ ਕੁੱਲੀ ਮਾਨਕ ਜੀ ਦੀ ਜਿੰਦ ਜਾਨ ਹੈ ਜੀ, ਮਾਨਕ ਜੀ ਦਾ ਸ਼ਿੰਗਾਰ ਜੀ। ਅੱਛਾ, ਇਹ ਉਹਨਾਂ ਦੇ ਮੈਂ ਤਾਂ ਮਾਨਕ ਸਾਹਿਬ ਨੂੰ ਮੈਂ ਤਾਂ ਮੈਂ ਜੀ ਨਾ ਹਜ਼ਾਰਾਂ ਕਰੋੜਾਂ ਵਾਰੀ ਮੱਥਾ ਟੇਕਦਾ ਜੀ। ਅੱਛਾ, ਬਹੁਤ ਅੱਛੇ ਇਨਸਾਨ ਸੀ ਜੀ, ਸਦਾ ਬਹਾਰ ਹੈ ਜੀ। ਇਹ ਉਹਨਾਂ ਦੀ ਤੂੰਬੀ, ਉਹਨਾਂ ਦੀ ਤੂੰਬੀ ਮਾਨਕ ਸਾਹਿਬ ਦੀ ਜੀ। ਹਾਂ, ਦੇਖਾਂ ਦੇ ਤੂੰਬੀ ਉਹਨੇ ਕੀ ਵੱਜ ਗਿਆ ਜੀ। ਛੰਨਾ ਚੋਰੀ ਦਾ ਜੀ, ਤੇਰੀ ਖਾਤਰ ਹੀਰੇ ਕਿਆ ਬਾਤ ਹੈ ਜੀ। ਇੱਕ ਮਾਨਕ ਸਾਹਿਬ ਦੀ ਮੈਂ ਛੋਟਾ ਜਿਹਾ ਹੁੰਦਾ ਉਦੋਂ ਸੁਣਦਾ ਹੁੰਦਾ ਸੀ, ਦੇਖੋ ਗੱਲ ਸੁਣ ਸਿਆਲਾ ਦੀ ਏ ਕੁੜੀਏ ਨੀ, ਮੂੰਹ ਮਿੱਠੀਏ ਜ਼ਹਿਰ ਦੀ ਏ ਪੁੜੀਏ ਨੀ, ਇਹਨੂੰ ਕਾਹਨੂੰ ਲਾਰਾ ਲਾਉਣਾ ਸੀ, ਜੇ ਤੂੰ ਖੇੜੀ ਵਿਆਹ ਕਰਵਾਉਣਾ ਸੀ, ਗਲੀਆਂ ਵਿੱਚ ਰਾਂਝਾ ਰੋਲਤਾ। ਥੱਕ ਛੰਮਣ ਜੱਟੀ ਟੋਲੀ ਬਹਿ ਗਈ ਖੇੜਿਆਂ ਦੀ, ਰਾਂਝੇ ਚਾਕਰ ਤੋਂ ਹੱਦਣ ਪੱਟੀ ਮਾਰੀ। ਵਾਹ ਜੀ ਵਾਹ। ਅਤੇ ਇਹ ਤੂੰਬੀ ਛੋਟੀ ਵੱਡੀ ਦਾ ਕੀ ਫਰਕ ਹੁੰਦਾ ਤੂੰਬੇ ਦੇ ਵਿੱਚ ਤੂੰਬੀ ਦੇ ਵਿੱਚ, ਅਤੇ ਇਹਨਾਂ ਦੀਆਂ ਕੋਈ ਕਿਸਮਾਂ ਵੀ ਹੁੰਦੀਆਂ, ਇਹਨਾਂ ਦੇ ਬਾਰੇ ਥੋੜ੍ਹਾ ਬਹੁਤਾ ਦੱਸ ਦਿਓ। ਟੈਕਨੀਕਲੀ ਨਹੀਂ ਇਹਨਾਂ ਚੀਜ਼ਾਂ ਦਾ ਡਿਊਟ ਕੈ ਡਿਊਟ ਜੀ ਜੀ, ਜਿਵੇਂ ਸੰਧੂ ਸਾਹਿਬ ਦਾ ਗੀਤ ਹੈ ਇੱਕ, ਦਰਦਾਰ ਜੀ ਦਾ ਗਾਣਾ ਬੜਾ ਵਧੀਆ ਸੀ। ਅੱਧੀ ਰਾਤ ਗੁਜ਼ਰ ਗਈ ਹੈ ਨੀ ਅੱਧੀ ਰਾਤ ਪਛਾਂ, ਅੱਧੀ ਰਾਤ ਗੁਜ਼ਰ ਗਈ ਹੈ ਨੀ ਅੱਧੀ ਰਾਤ ਪਛਾਂ, ਭੂਲ ਮੇਰੀ ਆ ਮਾਇਆ ਵੀ ਮੈਂ ਸੌ ਜਾਵਾਂ ਕੇ ਨਾ, ਭੂਲ ਮੇਰੀ ਆ ਮਾਇਆ ਵੀ ਮੈਂ ਸੌ ਜਾਵਾਂ ਕੇ ਨਾ। ਅੱਧੀ ਰਾਤ ਗੁਜ਼ਰ ਗਈ ਹੈ ਨੀ ਅੱਧੀ ਰਾਤ ਗੁਜ਼ਰ ਗਈ ਹੈ ਨੀ ਅੱਧੀ ਰਾਤ ਪਛਾਂ, ਰੱਖ ਸਰਾਣੇ ਸੌਂ ਜਾਵਾਂ ਮੈਂ ਚੂੜੀ ਵਾਲੀ ਮਾਂ, ਰੱਖ ਸਰਾਣੇ ਸੌਂ ਜਾਵਾਂ ਮੈਂ ਚੂੜੀ ਵਾਲੀ ਮਾਂ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਵਧੀਆ, ਬਹੁਤ ਗੱਲਾਂ ਬਾਤਾਂ ਕੀਤੀਆਂ ਤੁਹਾਡੇ ਨਾਲ, ਬੜਾ ਆਨੰਦ ਆਇਆ ਗੱਲਾਂ ਬਾਤਾਂ ਕਰਕੇ। ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਦੇ ਲਈ ਕੋਈ ਸੁਨੇਹਾ ਹੋਵੇ ਅਤੇ ਇੱਕ ਕਿਸੇ ਦੋਸਤ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਉਹ ਜ਼ਰੂਰ ਦੱਸ ਦਿਓ। 56 ਸੈਕਟਰ ਦੇ ਵਿੱਚ ਰਹਿੰਦੇ ਨੇ ਤੁਰੀਆ ਸਾਹਿਬ, ਅਤੇ ਮੈਂ ਜਿਵੇਂ ਤੂੰਬੀਆਂ ਦੀਆਂ ਕਿਸਮਾਂ ਬਾਰੇ ਜਾਣਦਾ ਜਾਂਦਾ ਮੈਂ ਇੱਕ ਵਾਰੀ ਫਿਰ ਪੁੱਛ ਲਾਂ, ਇਹਨਾਂ 'ਚ ਫਰਕ ਕਿੱਦਾਂ ਹੁੰਦਾ ਹੈ, ਕੀ ਫਰਕ? ਇਹ ਜੀ ਇਹ ਡਿਊਟ ਤੂੰਬੀ ਆ ਜੀ, ਦਗਾਲਾਂ 'ਚ ਚੱਲਦੀ ਹੈ। ਹਾਂ, ਇਹਨੂੰ ਕਿੱਦਾਂ ਆਪ ਬਣਵਾਇਆ ਜਾਂਦਾ ਜੀ? ਹਾਂ ਜੀ, ਸਪੈਸ਼ਲੀ ਸਾਡੇ ਇੱਥੇ 45 ਸੈਕਟਰ 'ਚ ਬੜੈਲ 'ਚ, ਹਾਂਜੀ, ਲਲਿਤ ਜੀ ਆ ਜੀ, ਲਲਿਤ ਜੀ। ਅੱਛਾ, ਲਲਿਤ ਜੀ, ਹਾਂਜੀ, ਲਲਿਤ ਮਿਊਜ਼ਿਕ, ਉਹ ਤੂੰਬੀਆਂ ਬਣਾ ਕੇ ਦਿੰਦੇ ਜੀ ਸਾਨੂੰ ਜੀ। ਅੱਛਾ, ਇਹ ਸਾਰੀਆਂ ਤੂੰਬੀਆਂ ਵੈਸੇ ਇਹ ਤਾਂ ਪੁਰਾਣੀਆਂ ਤੁਹਾਡੇ ਕੋਲ ਸ਼ੁਰੂ, ਕਿੰਨੀਆਂ ਕਿੰਨੀਆਂ ਪੁਰਾਣੀਆਂ ਹੋਣਗੀਆਂ ਤੂੰਬੀਆਂ? ਇਹ ਤਾਂ ਕਾਫੀ ਪੁਰਾਣੀਆਂ ਜੀ। ਅੱਛਾ, ਸਾਰੀਆਂ ਪੁਰਾਣੀਆਂ। ਅਤੇ ਕਿਸੇ ਦੋਸਤ ਨੇ ਸੰਪਰਕ ਕਰਨਾ ਹੋਵੇ ਜਿੱਦਾਂ ਮੈਂ ਤੁਹਾਨੂੰ ਪੁੱਛ ਰਿਹਾ ਸੀਗਾ? ਹਾਂਜੀ, ਮੇਰਾ ਨੰਬਰ ਹੈ ਜੀ 9876028063 ਜੀ, 9876028063 ਨੰਬਰ ਹੈ ਜੀ ਮੇਰਾ ਜੀ। ਮੈਨੂੰ ਬਾਹਰਲੇ ਦੇਸ਼ਾਂ ਤੋਂ ਵੀ ਫੋਨ ਆਉਂਦੇ, ਉਹਨਾਂ ਨੂੰ ਵੀ ਤੂੰਬੀ ਮੈਂ ਆਪਣਾ ਨੈੱਟ 'ਚ ਉੱਦਾਂ ਚੱਲਦਾ ਜੀ, ਵਟਸਐਪ ਉਹਨੂੰ ਸਿਖਾਉਂਦਾ ਹੁੰਦਾ ਜੀ। ਬਾਕੀ ਜਦੋਂ ਮੈਂ ਸਫ਼ਰ ਕਰ ਲਓ ਜੀ, ਕੋਈ ਐਡੀ ਜ਼ਿਆਦਾ ਫੀਸ ਨਹੀਂ। ਬਾਬੇ ਜਮਲੇ ਜੱਟ ਦੇ ਸਾਜ ਦਾ ਹੀ ਪ੍ਰਚਾਰ ਕਰਨਾ ਜੀ ਆਪਾਂ, ਤਾਂ ਇਹਨੂੰ ਵੱਧ ਦੇ ਵੱਧ ਸਿੱਖੋ, ਇਹਨੂੰ ਅੱਗੇ ਲੈ ਕੇ ਆਓ ਜੀ। ਹੁਣ ਕੱਲ੍ਹ ਨੂੰ ਅਜਾਇਬ ਘਰਾਂ 'ਚ ਨਾ ਦੇਖਣ, ਅਜਾਇਬ ਘਰਾਂ 'ਚ ਨਾ ਦੇਖਣ ਨੂੰ ਮਿਲੇ, ਜਿੱਦਾਂ ਤੂੰਬੀ ਦੀ ਖਤਮ ਹੀ ਹੁੰਦਾ ਜਾ ਰਿਹਾ, ਇਲੈਕਟ੍ਰੋਨਿਕ ਮਿਊਜ਼ਿਕ ਹੁੰਦਾ ਜਾ ਰਿਹਾ ਜਿਹੜੇ ਤਰੀਕੇ ਨਾਲ,
ਅਤੇ ਇਹ ਸਾਡੇ ਰਵਾਇਤੀ ਸਾਜ਼ ਆ, ਰਵਾਇਤੀ ਚੀਜ਼ਾਂ, ਇਹ ਵੀ ਸਾਂਭਣੀਆਂ ਪੈਣੀਆਂ ਸਾਨੂੰ, ਸਾਡਾ ਸੱਭਿਆਚਾਰ ਸਾਂਭਣਾ ਪੈਣਾ ਹੈ ਅਤੇ ਅਜਿਹੇ ਲੋਕਾਂ ਨੂੰ ਵੀ ਸਾਂਭਣਾ ਪੈਣਾ। ਸੋ ਦੋਸਤੋ, ਇਹ ਇੰਟਰਵਿਊ ਕਿਸ ਤਰ੍ਹਾਂ ਦੀ ਲੱਗੀ ਹੈ ਤੁਸੀਂ ਨੀਚੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਵਿਚਾਰ ਦੇ ਸਕਦੇ ਹੋ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਅੱਗੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ। ਜਦੋਂ ਤੁਸੀਂ ਸ਼ੇਅਰ ਕਰਦੇ ਹਾਂ ਤਾਂ ਸਾਡਾ ਵੀ ਹੌਸਲਾ ਵੱਧਦਾ ਹੈ। ਬੜੀ ਮਿਹਨਤ ਦੇ ਨਾਲ ਇਹ ਚੀਜ਼ਾਂ ਕਰੀਦੀਆਂ ਹੈ, ਦੂਰ ਦੂਰ ਜਾ ਕੇ ਤੁਹਾਨੂੰ ਲੋਕਾਂ ਦੇ ਨਾਲ ਮਿਲਾਈਦਾ ਹੈ। ਜੇਕਰ ਚੰਗੀਆਂ ਲੱਗਦੀਆਂ ਹੁੰਦੀਆਂ ਸ਼ੇਅਰ ਜ਼ਰੂਰ ਕਰਦਿਆ ਕਰੋ ਅਤੇ ਲਾਈਕ ਜ਼ਰੂਰ ਕਰਿਓ ਸਾਰੇ ਜਣੇ, ਅਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਸਤਿ ਸ਼੍ਰੀ ਅਕਾਲ। ਅੱਛਾ, ਇਹਦੇ ਵਿੱਚ ਦੱਸਿਓ ਜੀ, ਇਹਦੇ ਵਿੱਚ ਕੌਣ ਕੌਣ ਨੇ ਇਸ ਫੋਟੋਆਂ ਦੇ ਵਿੱਚ? ਹਾਂਜੀ ਹਾਂਜੀ ਹਾਂਜੀ, ਆ ਮੇਰੇ ਦੋਸਤ ਪੂਨੀਆ ਜੀ ਜੀ, ਇਹ ਸਾਡੇ ਕਲਵਰ ਗਰਿਆਲ ਸਾਹਿਬ ਜੀ ਡੈਡੀ ਜੀ ਆ ਜੀ ਜੀ, ਆ ਮੇਰੇ ਹੈ ਜੀ। ਇਹ ਕਦੋਂ ਦੀਆਂ ਜੀ ਇਹ ਫੋਟੋ? ਇਹ ਸਾਡਾ ਜੀ ਹਰਜਿੰਦਰ ਲਾਡੀ ਹੈ, ਹਰਜਿੰਦਰ ਚਹਿਲ, ਉਹਦੇ ਵਿਆਹ 'ਤੇ ਗਏ ਸੀ ਜੀ, ਅਤੇ ਉਹਨਾਂ ਦੇ ਡੈਡੀ ਨੇ। ਗਏ ਕਿੱਥੇ ਸੀਗੇ ਜੀ? ਇੱਥੇ ਆਪਣਾ ਜਿਹੜੇ ਇੱਥੇ ਨਾ ਪਟਿਆਲੇ ਕੋਲ ਰਾਹ 'ਚ। ਅੱਛਾ, ਮੈਂ ਪੈਲਸ ਹੈ, ਹਾਂ, ਕਿਉਂਕਿ ਆਹ ਵਾਲੀ ਫੋਟੋ ਤੁਸੀਂ ਦੱਸ ਰਹੇ ਹੋ ਇਹ ਬਾਹਰ ਦੇ ਟੂਰ ਦੀ? ਇਹ ਅਲਫਲਵਾਲ ਹੈ ਜੀ, ਆਰਿਫਲਵਾਲ। ਇਹ ਆਸਟ੍ਰੇਲੀਆ ਗਿਆ ਸੀ ਮੈਂ ਕਲਮਰ ਗਰੇਵਾਲ ਨਾਲ ਜੀ, ਇਹ ਉਦੋਂ ਦਾ ਜੀ ਪ੍ਰੋਗਰਾਮ 'ਤੇ ਜੀ। ਆਸਟ੍ਰੇਲੀਆ ਕਮਰ ਗਰੇਵਾਲ ਨਾਲ, ਠੀਕ ਹੈ ਜੀ, ਆਹ ਉੱਥੋਂ ਦੀ ਇਹ ਤਸਵੀਰਾਂ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ, ਆਹ ਕਮਰ ਗਰੇਵਾਲ ਨਾਲ ਇੱਕ ਤੁਹਾਡੀ ਤਸਵੀਰ ਹੈ ਜੀ। ਹਾਂਜੀ ਹਾਂਜੀ ਹਾਂਜੀ, ਇਹ ਕਿੱਥੋਂ ਦੀ ਹੈ? ਇਹ ਪ੍ਰੋਗਰਾਮ ਦੀ ਹੈ ਜੀ, ਕਿਤੇ ਬਾਹਰ ਦੇ ਪ੍ਰੋਗਰਾਮ ਤੋਂ ਬਾਅਦ ਨਿਕਲੇ ਆ ਜੀ ਉੱਥੋਂ। ਹਾਂਜੀ, ਇਹ ਉਸ ਟਾਈਮ ਦੇ ਵੀ ਹੈ ਜੀ। ਹਾਂਜੀ ਹਾਂਜੀ ਹਾਂਜੀ, ਚਲੋ ਪ੍ਰੋਗਰਾਮ 'ਤੇ ਜਾਣ ਤੋਂ ਪਹਿਲਾਂ ਜਦ ਮਿਲ ਜਾਂਦੇ ਜੀ, ਕਈ ਵਾਰੀ ਬੈਠ ਜਾਂਦੇ ਉਦੋਂ ਫੋਟੋ। ਬਾਹਰ ਦੇ ਟੂਰ ਦੀ ਕੋਈ ਗੱਲਬਾਤ ਹੋਵੇ ਜੀ, ਬਾਹਰ ਦੇ ਟੂਰ 'ਚ ਜਹਾਜ਼ 'ਚ ਕਿਵੇਂ ਲੱਗਿਆ ਬੈਠ ਕੇ? ਬਹੁਤ ਵਧੀਆ ਹੁੰਦਾ ਜੀ, ਬਹੁਤ ਵਧੀਆ, ਮੈਂ ਨਹੀਂ ਚੜਿਆ ਜੀ। ਬਹੁਤ ਵਧੀਆ, ਤੁਸੀਂ ਵੀ ਜਲਦੀ ਚੜੋਗੇ ਜੀ, ਬਹੁਤ ਵਧੀਆ ਹੁੰਦਾ।